ਕਹਿੰਦੇ ਜਦੋਂ ਰਿਸ਼ਤੇ ਹੁੰਦੇ ਸੀਗੇ ਉਦੋਂ ਮਤਲਬ ਕੋਈ ਵੇਖਾ ਵਿਖਾਈ ਵਾਲਾ ਪ੍ਰੋਗਰਾਮ ਪ੍ਰੀ ਵੈਡਿੰਗ ਹਰਿੰਦਰ ਸਿੰਘ ਕੁਛ ਨਹੀਂ ਹੁੰਦਾ ਸੀਗਾ, ਹੈ ਜੀ ਜਿਹੜਾ ਕੁਛ ਅੱਜ ਕੱਲ੍ਹ ਚੱਲ ਪਿਆ। ਉਦੋਂ ਤਾਂ ਬਸ ਜਿਹੜਾ ਕੁਛ ਮਾਂ ਪਿਓ ਨੇ ਕਰਤਾ ਜਿੱਥੇ ਰਿਸ਼ਤਾ ਕਰ ਜਾਂਦਾ ਠੀਕ ਹੈ, ਜਦੋਂ ਘੁੰਡ ਚੱਕਦੇ ਸੀ ਉਦੋਂ ਹੀ ਪਤਾ ਲੱਗਦਾ ਸੀ ਓਏ ਕੀ ਨਿਕਲਿਆ, ਏਦਾਂ ਹੀ ਹੁੰਦਾ ਸੀਗਾ। ਲਾਟਰੀਆਂ ਨਿਕਲਦੀਆਂ ਸੀ ਵੀਰੇ, ਉਹ ਜਦੋਂ ਘੁੰਡ ਚੱਕਦੇ ਸੀ ਕਈ ਵਾਰੀ ਤਾਂ ਮੈਚਿੰਗ ਹੁੰਦੀ ਸੀਗੀ ਵੀ ਦੋਨੋਂ ਜਿਹੜੀ ਜੋੜੀ ਬਣਦੀ ਸੀਗੀ ਦੋਨੋਂ ਜਣੇ ਇੱਕੋ ਜਿਹੇ ਹੁੰਦੇ ਸੀਗੇ, ਬਸ ਚੱਲ ਜਾਂਦਾ ਸੀ। ਕਈ ਵਾਰੀ ਕੁੜੀ ਘੱਟ ਸੋਹਣੀ ਹੁੰਦੀ ਸੀ ਤਾਂ ਬੰਦਾ ਐਡਜਸਟ ਕਰ ਲੈਂਦਾ ਸੀਗਾ ਵੀ ਚੱਲ ਯਾਰ ਕੋਈ ਨਾ ਬਾਪੂ ਜੀ ਹੋਰਾਂ ਨੇ ਕਰਿਆ ਏ, ਊਂ ਬਹੁਤ ਸਿਆਣੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ, ਊਂ ਰਲਦੀ ਮਿਲਦੀ ਹੈ ਵਧੀਆ। ਬੰਦਾ ਐਡਾ ਐਡਜਸਟੇਬਲ ਸੀ, ਐਂ ਨਹੀਂ ਕਹਿੰਦਾ ਸੀ ਵੀ ਮੈਂ ਤਾਂ ਨਹੀਂ ਗਾ, ਹੈ ਨਾ। ਕਈ ਵਾਰੀ ਕੰਮ ਉਲਟ ਹੋ ਜਾਂਦਾ ਸੀਗਾ ਵੀ ਬੰਦਾ ਬਿਜੂ ਹੀ ਹੁੰਦਾ ਸੀ ਤੇ ਅੱਗੋਂ ਘਰ ਵਾਲੀ ਬਾਹਲੀ ਸੋਹਣੀ ਨਿਕਲ ਆਉਂਦੀ, ਅੱਛਾ ਮਾੜੇ ਬੰਦੇ ਨੂੰ ਕੋਈ ਜ਼ਿਆਦਾ ਵਧੀਆ ਚੀਜ਼ ਮਿਲ ਜਾਵੇ ਉਹ ਵੀ ਘਬਰਾ ਜਾਂਦਾ। ਉਹ ਜਦੋਂ ਘੁੰਡ ਚੱਕਦਾ ਉਹਦੇ ਕੋਲ ਉਹ ਇੱਕ ਮਿੰਟ ਘੁੰਡ ਕੱਢ ਲਾ, ਖੜ ਜਾ ਇੱਕ ਮਿੰਟ ਘੁੰਡ ਕੱਢ ਲਾ, ਦੋ ਮਿੰਟ ਖੜ ਜਾ ਇੱਕ ਮਿੰਟ, ਫਿਰ ਚੁੱਲ੍ਹੇ ਤੋਂ ਮਿਰਚਾਂ ਚੱਕ ਕੇ ਲਿਆਉਂਦਾ, ਚੁੱਲ੍ਹੇ ਤੋਂ ਸਿਰ ਤੋਂ ਵਾਰ ਕੇ ਚੁੱਲ੍ਹੇ 'ਚ ਸਿੱਟ ਆਉਂਦਾ, ਕਦੇ ਇੱਧਰ ਮਗਰ ਤੁਰੇ ਫਿਰਦਾ, ਤੂੰ ਇਸ ਪਾਸੇ ਪਾਣੀ ਲੈਣ ਨਾ ਜਾਇਆ ਕਰ, ਉਹ ਕਾਣਾ ਜਿਹਦੀ ਅੱਖ ਬਾਣੀ ਭੈੜੀ ਹੈ ਨਜ਼ਰ ਲਾ ਦੂ ਤੈਨੂੰ, ਤੂੰ ਨਾ ਜਾਇਆ ਕਰ, ਕਿਉਂਕਿ ਸਾਰੀ ਉਮਰ ਬੰਦੇ ਦੀ ਫਿਕਰ 'ਚ ਹੀ ਲੰਘ ਜਾਂਦੀ। ਹੌਲੀ ਹੌਲੀ ਵੀਰੇ ਜਦੋਂ ਚੱਲਿਆ ਸਿਸਟਮ ਵੇਖਾ ਵਿਖਾਈ ਵਾਲਾ ਵੀ ਜਿਹਦੇ ਨਾਲ ਜ਼ਿੰਦਗੀ ਗੁਜ਼ਾਰਨੀ ਹੈ ਘੱਟੋ ਘੱਟ ਉਹਦੇ ਨਾਲ ਯਾਰ ਚਾਰ ਗੱਲਾਂ ਤਾਂ ਕਰ ਲਓ, ਹੁਣ ਤਾਂ ਖੈਰ ਬਹੁਤ ਅੱਗੇ ਚੱਲ ਗਿਆ ਕੰਮ। ਇਹ ਜਦੋਂ ਭਾਜੀ ਸ਼ੁਰੂ ਸ਼ੁਰੂ ਹੋਇਆ ਚਹਿਲ ਸਾਹਿਬ ਸਾਡੇ ਸਾਫ ਸੂਰਤ ਦੀ ਕੋਈ ਬਣਾਈ ਕੋਈ ਗੱਲ ਨਹੀਂ, ਜਮਾਂ ਓਰੀਜਨਲ ਗੱਲ, ਇਹਨਾਂ ਦੀ ਜਦੋਂ ਵੇਖਾ ਵਿਖਾਈ ਹੋਈ ਜਿਹੜੀ ਸਾਡੇ ਵਾਲੀ ਭਰਜਾਈ ਹੈ ਉਹਨੂੰ ਤੇ ਇਹਨੂੰ ਬਿਠਾ ਤਾ ਕਮਰੇ 'ਚ ਵੀ ਗੱਲਾਂ ਬਾਤਾਂ ਕਰ ਲਓ, ਤੁਸੀਂ ਇੱਕ ਦੂਜੇ ਨਾਲ ਬੰਦਾ ਇੱਕ ਦੂਜੇ ਨੇਚਰ ਬਾਰੇ ਪਤਾ ਲੱਗ ਜਾਂਦਾ, ਬੈਠ ਕੇ ਵੀਰੇ ਚੁੱਪ ਚਾਂਦ। ਉਹਨਾਂ ਵੇਲਿਆਂ ਦੇ ਵਿੱਚ ਕੋਈ ਹਾਰਨ ਹੂਰਨ ਤਾਂ ਹੁੰਦੇ ਨਹੀਂ ਸੀ, ਐਂ ਸ਼ਾਂਤੀ ਚਿੜੀਆਂ ਬੋਲਦੀਆਂ, ਕੋਈ ਨਹੀਂ ਬੋਲ ਰਿਹਾ। ਉਹ ਸਾਡੇ ਵਾਲੀ ਭਾਬੀ ਉਹ ਬੈਠੇ ਨੇ, ਇਹ ਆਪਣੇ ਭਾਈ ਸਾਹਿਬ ਬੈਠੇ ਚਹਿਲ ਸਾਹਿਬ, ਚੁੱਪ ਕਰਕੇ ਬੈਠੇ 5 ਮਿੰਟ ਲੰਘੇ ਨਾ ਬੋਲਿਆ। ਉਹਦਾ ਕੁੜੀ ਵਿਚਾਰੀ ਉਹਨਾਂ ਵੇਲਿਆਂ ਦੀ, ਉਹਨੇ ਕੀ ਬੋਲਣਾ ਸੀ ਸੰਗ ਦੀ ਮਾਰੀ, ਇਹ ਊਂ ਹੀ ਨਹੀਂ ਬੋਲਦਾ ਗਾ, ਇਹ ਐਵੇਂ ਝਾਉ ਜਮਣ ਕੇ ਇਹ ਬੈਠਾ ਹੈ ਕਰਕੇ। 5 ਮਿੰਟ ਲੰਘੇ ਵੀਰੇ, 10 ਲੰਘੇ, ਕੋਈ ਨਾ ਬੋਲਿਆ। ਹੁਣ ਕਿਸੇ ਨੇ ਤਾਂ ਗੱਲ ਸ਼ੁਰੂ ਕਰਨੀ ਸੀ ਆਖਿਰਕਾਰ, ਅਖੀਰ ਨੂੰ ਵਿਚਾਰੀ ਨੇ ਉਹਨੇ ਹਿੰਮਤ ਕੀਤੀ, ਉਹ ਬੈਠੀ ਬੈਠੀ ਇਹਨੂੰ ਕਹਿੰਦੀ ਕਹਿੰਦੀ ਵੀਰੇ ਵੀਰੇ ਕਿੰਨੇ ਭੈਣ ਭਾਈ ਆ ਤੁਸੀਂ? ਉਹਦੇ 7 ਕਹੀ ਜਾਂਦਾ ਸੀ, ਅੱਜ 5 ਕਹੀ ਜਾਂਦਾ। ਕਹਿੰਦਾ 5 ਆ ਭੈਣ ਭਾਈ। ਅੱਛਾ ਕਹਿੰਦੀ ਵੀਰੇ ਚੱਲ ਵਧੀਆ, ਜਦੋਂ ਮੈਂ ਆ ਗਈ ਆਪਾਂ 6 ਹੋ ਜਾਵਾਂਗੇ, ਘਰੇ ਵਾਲੀ ਰੌਣਕ ਜੀ ਹੋ ਜੂਗੀ। ਉਦੋਂ ਵੀਰੇ ਆਹ ਜ਼ਮਾਨਾ ਸੀਗਾ, ਹੈਂ ਵੈਸੇ ਹੁਣ ਵੀ ਭੈਣ ਭਰਾਵਾਂ ਵਾਲਾ ਕੰਮ ਹੀ ਇਹਨਾਂ ਦਾ, ਤਾੜੀਆਂ ਖੁੱਲ੍ਹ ਕੇ ਮਾਰਦੇ ਰੱਬ ਰਾਜ਼ੀ ਰੱਖੇ। ਅਤੇ ਅੱਜ ਕੱਲ੍ਹ ਤਾਂ ਪ੍ਰੀ ਵੈਡਿੰਗਾਂ ਅਤੇ ਫਲਾਣਾ ਪਹਿਲਾਂ ਹੀ ਬਹੁਤ ਚੌਥਾ ਕਾਲਾ ਲੈ ਜਾਣਾ ਜੱਗ ਭਰ ਕੇ ਵੀ ਜਿਹੜੀ ਕੱਢ ਕੇ ਰੱਖੀ ਆ ਕਹਿੰਨੀ ਘਰ ਦੀ, ਚੱਲਦੀ ਕਮੈਨ ਜੱਟ ਦੇ ਤਿੰਨ ਢੋਂਦੇ ਆ ਟਰੈਕਟਰ ਦਾਣੇ, ਆਪਣੇ ਗਾਣੇ ਤੋਂ ਭਰਾਵਾ ਸਿੱਧੀ ਗੱਲ ਜੱਟ ਜ਼ਿਮੀਦਾਰਾਂ ਵਾਲੇ ਹੁੰਦੇ, ਕੀਰਤਨਾਂ ਜੁੜੇ ਹੋਏ ਗੀਤ ਹੁੰਦੇ। ਮੈਂ ਤਾਂ ਜਿੱਥੇ ਰਿਹਾ ਜਿੱਥੇ ਪੜ੍ਹਿਆ, ਮੇਰੀ ਪੜ੍ਹਾਈ ਵੀ ਉਹੋ ਜਿਹੀ ਖੇਤੀਬਾੜੀ ਦੀ ਬੀ ਐੱਸ ਸੀ ਕੀਤੀ ਹੋਈ ਹੈ। ਸੋ ਬਾਗਾਂ ਦੇ ਗਾਣੇ, ਫਸਲਾਂ ਦੇ ਗਾਣੇ, ਟਰੈਕਟਰਾਂ ਦੇ ਗਾਣੇ, ਸ਼ਾਂਤੀ ਦੇ ਗਾਣੇ, ਮੁਹੱਬਤ ਦੇ ਗਾਣੇ। ਸੋ ਗੀਤ ਲੈ ਜਾਣਾ ਜੱਗ ਭਰ ਆ ਜਾ
ਸੋਚ ਘਰ ਪਾਰ ਦੀਆਂ ਗੱਲਾਂ ਜਾਣੇ ਬਿੱਲੋ ਖੇਤ ਬਾਲ ਦੀਆਂ ਗੱਲਾਂ ਘਰੇ ਬੈਠੀ ਸੋਚ ਘਰ ਬਾਲ ਦੀਆਂ ਗੱਲਾਂ ਲਾਲਾ ਰੋਟੀਆਂ ਤਿਆਰ ਕਰ ਪਾਣੀ ਲਾਲਾ ਰੋਟੀਆਂ ਤਿਆਰ ਕਰ ਪਾਣੀ ਲਾਲਾ ਰੋਟੀਆਂ ਤਿਆਰ ਕਰ ਪਾਣੀ ਚੱਲਦੀ ਕੰਬਾਈਨ ਜੱਟ ਦੇ ਨੀ ਤੈਨੂੰ ਢੋਬਿਆ ਕਰ ਪਾਣੀ ਬੜੀ ਮਿਹਰਬਾਨੀ ਸੋ ਜ਼ੋਰਦਾਰ ਤਾੜੀਆਂ ਮਾਰ ਦਿਓ ਪੂਰੀ।